ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੀ ਨੀਟਿੰਗ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰਾਂ ਤੁਹਾਡੇ ਲਈ ਬੁਣਤੀ ਦਾ ਇੱਕ ਨਵਾਂ ਡਿਜ਼ਾਈਨ ਲੈ ਕੇ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਆ ਇਹ ਛੋਟੀ ਛੋਟੀ ਬੁਣਤੀ ਆ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਇਹਦੇ ਡਿਜ਼ਾਈਨ ਦੇ ਉੱਪਰ ਕੁੰਡੇ ਪਾਵਾਂਗੇ ਤੇ ਹੁਣ ਆਪਾਂ ਬਣਾਉਨੇ ਆ ਡਿਜ਼ਾਈਨ ਦੇਖਦੇ ਆ ਕਿਵੇਂ ਬਣਦਾ ਹੈਗਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰੋ ਤੇ ਹੁਣ ਆਪਾਂ ਡਿਜ਼ਾਈਨ ਬਣਾਉਨੇ ਆਂ ਦੇਖਦੇ ਆਂ ਵੀ ਕਿਵੇਂ ਬਣੂ ਸਿੱਧੇ ਪਾਸਿਓਂ ਮੈਂ ਇੱਕੋ ਲਟੀ ਸਲਾਈ ਬਣਾ ਲਈ ਆ ਉਲਟੀ ਸਾਈਡ ਤੋਂ ਵੀ ਆਪਾਂ ਇੱਕ ਉਲਟੀ ਸਨਾਈ ਬਣਾ ਕੇ ਕੰਪਲੀਟ ਕਰਦੇ ਆਂ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਆ ਤੇ ਬਣਿਆ ਬਹੁਤ ਸੋਹਣਾ ਲੱਗਦਾ ਹੈਗਾ ਦੋ ਦੋ ਕੁੰਡਿਆਂ ਦਾ ਬਰੀਕ ਬੁਣਤੀ ਦਾ ਡਿਜ਼ਾਈਨ ਆ ਹੁਣ ਆ ਗਏ ਆਪਾਂ ਸਿੱਧੇ ਪਾਸੇ ਸਿੱਧੇ ਪਾਸੇ ਆਪਾਂ ਪਹਿਲਾ ਗੁੰਡਾ ਸਿੱਧਾ ਬਣਾਵਾਂਗੇ ਉਸ ਤੋਂ ਬਾਅਦ ਆ ਇੱਕ ਗੁੰਡਾ ਛੱਡ ਕੇ ਆ ਵਾਲੇ ਗੁੰਡੇ ਨੂੰ ਇਸ ਤਰ੍ਹਾਂ ਪਹਿਲੇ ਗੁੰਡੇ ਦੇ ਉੱਪਰ ਦੀ ਉਲਟਾ ਕੇ ਐ ਸਿੱਧਾ ਬਣਾ ਦੇਣਾ ਫਿਰ ਆ ਵਾਲੇ ਗੁੰਡੇ ਨੂੰ ਬਣਾ ਦੇਣਾ ਐਸਟਰਾ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਆ ਬੜੀ ਜਲਦੀ ਬਣਦਾ ਬਣਾਉਣਾ ਇਹ ਅੱਗੇ ਦੀ ਹੋਈ ਆਪਾਂ ਬੈਕ ਲੂਪ ਤੋਂ ਨਿਮਣਾ ਨਾਲ ਅੱਗੇ ਤੋਂ ਹੀ ਬਣਾਵਾਂਗੇ ਬਸ ਇਹਦੇ ਉੱਪਰ ਦੀ ਇਸ ਤਰ੍ਹਾਂ ਉਲਟਾ ਕੇ ਬਣਾ ਦੇਣਾ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਹੀ ਬਣਾ ਲਿਆਂਗੇ ਹੁਣ ਆ ਗਏ ਆਪਾਂ ਉਲਟੀ ਸਾਈਡ ਇਧਰ ਲਈ ਆਪਾਂ ਸਾਰੀ ਸਲਾਈ ਉਲਟੀ ਬਣਾਵਾਂਗੇ ਉਲਟੀ ਸਾਈਡ ਦੀ ਸਾਰੀ ਸਲਾਈ ਇਹ ਉਲਟੀ ਬਣਦੀ ਹੈ ಸಿದ್ಧ ಸೈಡ್ ಆಗ ಸಿದ್ಧಿ ಸೈಡ್ ಫೇರ ಉಮೇ ಬೇ ಪೂಜೆ ಕುಂಡೆನಿ ಎಸ್ತರ ಉಲ್ಟಾಕೆ બસ ਆਪਾਂ ਇਹ ਹੀ ਦੋ ਗੁੰਡੇ ਵਾਰ-ਵਾਰ ਰਿਪੀਟ ਕਰਦੇ ਜਾਣਾ ਤੇ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਅਕੇ ਤੇ ਅਕੇ ਉਲਟੀ ਸਲਾਈ ਇਹਦੇ ਵਿੱਚ ਸਾਰੀਆਂ ਸਲਾਈਆਂ ਉਲਟੀਆਂ ਬਣਦੀਆਂ ਨੇ ਇਹ ਦੇਖੋ ਆਪਣਾ ਇਹ ਦੇਖੋ ਆਪਣਾ ਇਹ ਡਿਜ਼ਾਈਨ ਬਣਨ ਲੱਗ ਗਿਆ ਇਸ ਤਰ੍ਹਾਂ ਛੋਟਾ ਛੋਟਾ ਡਿਜ਼ਾਈਨ ਆ ਤੇ ਆਪਾਂ ਇਹ ਹੀ ਦੋ ਸਲਾਈਆਂ ਵਾਰ-ਵਾਰ ਰਿਪੀਟ ਕਰਦੇ ਜਾਵਾਂਗੇ ਤੇ ਆਪਣਾ ਡਿਜ਼ਾਈਨ ਇਹ ਇਸ ਤਰ੍ਹਾਂ ਅੱਗੇ ਦੀ ਅੱਗੇ ਬਣਦਾ ਜਾਊਗਾ ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾ ਬਰੀਕ-ਬਰੀਕ ਬੁਣਤੀ ਦਾ ਡਿਜ਼ਾਈਨ ਆ ਇਹ ਜੇਕਰ ਤੁਹਾਨੂੰ ਮੇਰਾ ਇਹ ਡਿਜ਼ਾਈਨ ਪਸੰਦ ਆਇਆ ਹੋਵੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਔਰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ